ਬਠਿੰਡਾ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਅਫਵਾਹ ਫੈਲੀ ਸੀ ਕਿ ਸਬਜ਼ੀ ਮੰਡੀ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ, ਉਸ ਦਾ ਖੰਡਨ ਕਰਦਿਆਂ ਅੱਜ ਮਾਰਕੀਟ ਕਮੇਟੀ ਨੇ ਮਿਆਦੀ ਕਰਵਾ ਕੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਦੀ ਕੋਈ ਵੀ ਇਸ ਤਰ੍ਹਾਂ ਦੀ ਹਦਾਇਤ ਨਹੀਂ ਹੈ ਅਤੇ ਸਬਜ਼ੀਆਂ ਮੰਡੀਆਂ ਆਮ ਵਾਂਗ ਖੁੱਲ੍ਹੀਆਂ ਰਹਿਣੀਆਂ। ਸੁਣੋ, ਡਾਕਟਰ ਮਾਰਕੀਟ ਕਮੇਟੀ ਬਠਿੰਡਾ ਦੀ ਇਸ ਮੁਨਾਦੀ ਨੂੰ ਧਿਆਨ ਨਾਲ ਸੁਣੋ ਜੀ। ਇਸ ਮੁਨਾਦੀ ਰਾਹੀਂ ਸਮੂਹ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਬਜ਼ੀ ਮੰਡੀ ਅਫਵਾਹ ਫੈਲਾਈ ਗਈ ਹੈ, ਸਬਜ਼ੀ ਮੰਡੀ ਬੰਦ ਹੋਣ ਦੀ ਅਫਵਾਹ ਫੈਲਾਈ ਗਈ ਹੈ। ਲੋਕ ਲੋੜ ਅਨੁਸਾਰ ਫਲ ਅਤੇ ਸਬਜ਼ੀਆਂ ਲੈ ਸਕਣਗੇ। ਬਾਹੁਕਮ ਸਕੱਤਰ ਮਾਰਕੀਟ ਕਮੇਟੀ ਬਠਿੰਡਾ, ਹੋਰ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ 93 381 00 00 7। ਮੈਂ ਬਲਕਾਰ ਸਿੰਘ, ਸਕੱਤਰ ਮਾਰਕੀਟ ਕਮੇਟੀ ਬਠਿੰਡਾ। ਜਿਹੜੀ ਕੱਲ੍ਹ ਜਿਹੜੀ ਹੈਗੀ ਸਬਜ਼ੀ ਮੰਡੀ ਬੰਦ ਬਾਰੇ ਅਫਵਾਹ ਫੈਲੀ ਸੀ, ਉਹਦਾ ਅਸੀਂ ਖੰਡਨ ਕਰਨ ਵਾਸਤੇ ਅੱਜ ਪੂਰੀ ਸਬਜ਼ੀ ਮੰਡੀ ਵਿੱਚ ਮਨਿਆਦੀ ਕਰਵਾਈ ਗਈ ਹੈ। ਸਮੂਹ ਇਲਾਕਾ ਨਿਵਾਸੀਆਂ ਨੂੰ ਦੱਸਿਆ ਗਿਆ ਕਿ ਕੋਈ ਵੀ ਸਬਜ਼ੀ ਮੰਡੀ ਬੰਦ ਨਹੀਂ ਹੋਊਗੀ। ਜਿਸ ਤਰ੍ਹਾਂ ਤੁਹਾਨੂੰ ਅੱਗੇ ਰੋਜ਼ ਵਰਤੋਂ ਦੀਆਂ ਜਿਹੜੀਆਂ ਸਬਜ਼ੀ ਅਤੇ ਫਲ ਦੀ ਜ਼ਰੂਰਤ ਸੀ, ਉਸੇ ਤਰ੍ਹਾਂ ਹੀ ਤੁਹਾਨੂੰ ਮਿਲਦਾ। ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।